ਇਹ ਨੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਜਿਹੜੇ ਕਿ ਮਹਿਲਾ ਨੂੰ ਮਿਲਣ ਪਹੁੰਚੇ ਨੇ ਜਿਸ ਦੀ ਕੁਝ ਮੁੰਡਿਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਪਰ ਜਨਾਬ ਇੱਥੇ ਤਾਂ ਪਹੁੰਚ ਗਏ ਪਰ ਸੁਨਾਮ 'ਚ ਬੋਰਵੈਲ 'ਚ ਫਸੇ ਫਤਿਹਵੀਰ ਨੂੰ ਮਿਲਣ 5 ਦਿਨ ਤੱਕ ਨਾ ਪਹੁੰਚੇ ਤੇ ਹੁਣ ਮੁਕਤਸਰ 'ਚ ਆਪਣੀ ਸਿਆਸਤ ਕਰਨ ਪਹੁੰਚ ਗਏ ਨੇ। ਹਸਪਤਾਲ 'ਚ ਪੀੜਤ ਔਰਤ ਮੀਨਾ ਨਾਲ ਅਮਨ ਅਰੋੜਾ ਨੇ ਮੁਲਾਕਾਤ ਕੀਤੀ। ਅਰੋੜਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ ਅਤੇ ਕਾਂਗਰਸੀ ਆਗੂ ਸ਼ਰੇਆਮ ਗੁੰਡਾਗਰਦੀ ਕਰ ਰਹੇ ਨੇ। ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਉਪਲਬਧ ਕਰੇਗੀ। ਪਹੁੰਚੇ ਹਾਂ, ਮੈਂ ਸਮਝਦਾ ਕਿ ਇਸ ਤੋਂ ਮਾੜੀ ਦੁਰਘਟਨਾ ਨਹੀਂ ਹੋ ਸਕਦੀ ਹੈਗੀ ਔਰ ਇਸ ਤੋਂ ਪਤਾ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜਾਂ ਕਾਂਗਰਸ ਦਾ ਰਾਜ ਨਹੀਂ ਹੈ, ਅੱਜ ਜੰਗਲ ਰਾਜ ਹੈ। ਇੱਥੇ ਜਿੱਥੇ ਕਾਂਗਰਸ ਦੇ ਕੌਂਸਲਰ ਨੇ ਜਿਹੜੇ ਉਹ ਅਤੇ ਉਹਨਾਂ ਦਾ ਗੁੰਡੇ ਨੇ ਜਿਹੜੇ ਉਹ ਇੱਕ ਨਿਹੱਥੀ ਔਰਤ ਨੂੰ ਕਿਸ ਤਰੀਕੇ ਦੇ ਨਾਲ ਬਾਲਾਂ ਤੋਂ ਉਹਦੇ ਘਰ ਦੇ ਵਿੱਚੋਂ ਘੜੀਸ ਕੇ ਕੁੱਟਦੇ ਨੇ ਬੈਲਟਾਂ ਦੇ ਨਾਲ ਜਿਸ ਬੇਦਰਦੀ ਦੇ ਨਾਲ, ਮੈਂ ਸਮਝਦਾ ਕਿ ਇਸ ਤੋਂ ਪਤਾ ਲੱਗਦਾ ਕਿ ਕਾਂਗਰਸੀ ਲੀਡਰਾਂ ਦੇ ਵਿੱਚੋਂ ਅਤੇ ਕਾਂਗਰਸੀ ਵਰਕਰਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਜਿਹੜਾ ਡਰ ਹੈ, ਖੌਫ ਹੈ, ਭੈ ਜਾਂ ਸ਼ਰਮ ਜਾਂ ਰਿਸਪੈਕਟ ਕਾਨੂੰਨ ਵਿਵਸਥਾ ਦੀ ਉਹ ਕਿਵੇਂ ਉੱਠ ਚੁੱਕੀ ਹੈ ਅਤੇ ਕਾਨੂੰਨ ਵਿਵਸਥਾ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਕੇ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਅੱਜ ਪੰਜਾਬ ਦੇ ਵਿੱਚ ਹੋ ਰਹੀ ਹੈ। ਮੈਂ ਸਮਝਦਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਲਈ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਹੋਣ ਦੇ ਨਾਤੇ ਇਹ ਬਹੁਤ ਹੀ ਸ਼ਰਮਨਾਕ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਪਾਰਟੀ ਦੇ ਜਿਹਦੀ ਕਿ ਚੇਅਰਪਰਸਨ ਇੱਕ ਔਰਤ ਮੈਡਮ ਸੋਨੀਆ ਗਾਂਧੀ ਜੀ ਹੋਣ, ਉਹਨਾਂ ਦੇ ਰਾਜ ਦੇ ਵਿੱਚ ਜੇ ਇਸ ਤਰ੍ਹਾਂ ਦਾ ਵਿਹਾਰ ਔਰਤਾਂ ਦੇ ਨਾਲ ਹੋਊਗਾ ਤਾਂ ਫਿਰ ਕੌਣ ਸੇਫ ਹੈ। MC ਹੈ ਕਿਸੇ ਕਾਂਗਰਸੀ ਲੀਡਰ ਤੋਂ ਕਹਾ ਕਹੂ ਕੇ ਇਨਕੁਆਇਰੀਆਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇਗਾ। ਅਸੀਂ ਇਹ ਕਹਿਣਾ ਹੈ ਪਰਿਵਾਰ ਨੂੰ ਕਿ ਤੁਸੀਂ ਤਗੜੇ ਰਹੋ, ਪਾਰਟੀ ਤੁਹਾਡੇ ਨਾਲ ਹੈ, ਹਰ ਤਰ੍ਹਾਂ ਦੀ ਲੀਗਲ ਸਪੋਰਟ ਹੈ ਜਿਹੜੀ ਪਰਿਵਾਰ ਨੂੰ ਉਹ ਆਮ ਆਦਮੀ ਪਾਰਟੀ ਦਾ ਲੀਗਲ ਵਿੰਗ ਦੇਵੇਗਾ, ਕਿਸੇ ਤੋਂ ਦਬਣ ਦੀ ਲੋੜ ਨਹੀਂ, ਇਨਕੁਆਇਰੀ ਦੇ ਵਿੱਚ ਅਜਿਹਾ ਗੁੰਡਾ ਨਿਕਲਣਾ ਨਹੀਂ ਚਾਹੀਦਾ ਹੈਗਾ। ਉੱਧਰ ਕੋਟਕਪੂਰਾ ਤੋਂ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਵੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨਸਾਫ਼ ਲਈ ਉਹ ਸੰਘਰਸ਼ ਦੇ ਰਾਹ 'ਤੇ ਤੁਰਨਗੇ। ਹੁਣ ਇਹ ਚਿੱਟੇ ਹੋ ਗਏ, ਅਪਰਾਧੀਆਂ ਦੀ ਕੋਈ ਪਾਰਟੀ ਨਹੀਂ ਹੁੰਦੀ, ਕੋਈ ਸਮਾਂ ਨਹੀਂ ਹੁੰਦਾ, ਇਹ ਯੂਜ਼ ਕਰਦੇ ਆ ਔਰ ਇਹ ਸਰਕਾਰ ਦੀ ਨਲੈਕੀ ਹੈ ਕਿ ਜਿਹੜੇ ਅਕਾਲੀਆਂ ਦੇ ਗੁੰਡਿਆਂ ਨੂੰ ਤੁਸੀਂ ਸ਼ਹਿ ਦੇ ਕੇ ਹੁਣ ਤੁਸੀਂ ਆਪਦੇ ਨਾਲ ਰਲ ਲਿਆ ਔਰ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਭੈਣਾਂ ਨਾਲ ਆਹ ਹਾਲ ਕਰਦੇ ਹੋ। ਔਰ ਮੈਂ ਬਿਲਕੁਲ ਉਹਨਾਂ ਨਾਲ ਸਹਿਮਤ ਹਾਂ ਜਿਹੜੇ ਬਾਹਰ ਸਾਡੇ ਸਿੱਖ ਜਥੇਬੰਦੀਆਂ ਸਾਡੇ ਬੈਠੇ ਆ ਕਾਰਕੁਨ, ਜੇ 2 ਦਿਨਾਂ 'ਚ ਨਾ ਫੜਿਆ ਤਾਂ ਅਸੀਂ ਵੀ ਨਾਲ ਆ ਕੇ ਬੈਠਾਂਗੇ ਇਹਨਾਂ ਦੇ, ਬਿਲਕੁਲ ਨਾਲ ਬੈਠਾਂਗੇ। ਗੁਆਂਢੀ ਹਲਕਾ ਨਹੀਂ ਸਾਡਾ ਪੰਜਾਬ ਸਾਰਾ ਔਰ ਕੈਪਟਨ ਅਮਰਿੰਦਰ ਸਿੰਘ ਤਾਂ ਜਮਾਂ ਸੁੱਤੇ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਅਪਰਾਧੀਆਂ ਦੇ ਸਿਰ 'ਤੇ ਸਰਕਾਰ ਚਲਾ ਰਹੇ, ਇਹ ਅਪਰਾਧੀ ਲੈ ਕੇ ਨਾਲ, ਇਹ MC ਕੋਈ ਬੜਾ ਦੁੱਧ ਧੋਤਾ ਸੀ ਇਹਨੂੰ ਨਾਲ ਲਿਆ ਔਰ ਮਤਲਬ ਕਮਾਲ ਦੀ ਗੱਲ ਹੈ, ਹਜੇ ਤੱਕ ਬਾਹਰ ਫਿਰਦਾ, ਇਹ ਪੁਲਿਸ ਦੀ ਨਲਾਇਕੀ ਹੈ ਇਹਨੂੰ ਹੁਣੇ ਮਤਲਬ ਇਹ ਅਸੀਂ ਇਹ ਕਹਿੰਦੇ ਵੀ ਜੇ 2 ਦਿਨ ਦੇ ਵਿੱਚ ਇਹ ਨਾ ਹੋਇਆ ਤਾਂ ਅਸੀਂ ਵੀ ਨਾਲ ਆ ਕੇ ਧਰੇ ਦੇ। ਹਾਲਾਂਕਿ ਮੁੱਖ ਮੰਤਰੀ ਪਹਿਲਾਂ ਹੀ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕਰ ਚੁੱਕੇ ਨੇ। ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਬੇਹੱਦ ਨਿੰਦਣਯੋਗ ਹੈ। ਸੂਬੇ 'ਚ ਲਗਾਤਾਰ ਵੱਧਦੀਆਂ ਅਪਰਾਧਿਕ ਘਟਨਾਵਾਂ ਨੇ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੱਤੀ। ਵਿਰੋਧੀ ਧਿਰਾਂ ਜਿਸ ਤਰੀਕੇ ਨਾਲ ਪੀੜਤ ਔਰਤ ਦੇ ਹੱਕ 'ਚ ਡਟੀਆਂ ਨੇ ਉਸ ਤੋਂ ਬਾਅਦ ਪੀੜਤ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।